ਲੈ ਹਾਂ, ਐਂ ਹੋਣਾ ਚਾਹੀਦਾ ਸੀ। ਠੀਕ ਹੈ, ਲੈ ਮੁੱਕ ਗਏ। ਇਹ ਮਨਿੰਦਰ ਸਿੱਧੂ ਹੈ ਨਾ, ਜਿਹੜੀ ਇਹ ਚੈਨਲ ਦੇ ਉੱਤੇ ਬਹੁਤ ਸੋਹਣੀਆਂ ਵੀਡੀਓ ਪਾਉਂਦੀਆਂ, ਮੈਨੂੰ ਵਧੀਆ ਲੱਗਦੀਆਂ ਨੇ ਉਹਨਾਂ ਦੀਆਂ। ਹਾਂ, ਹੋਰ ਹੈ ਨਹੀਂ ਕੋਈ ਨਵੀਂ ਆਈ। ਇੱਕ ਦਿਨ 'ਚ ਇੱਕ ਪਾਉਂਦੇ, ਇੱਕ ਦਿਨ 'ਚ ਚਾਰ ਪੰਜ ਪਾਉਣੀਆਂ ਚਾਹੀਦੀਆਂ ਇਹਨਾਂ ਨੂੰ, ਤਾਂ ਕਰਕੇ ਵਧੀਆ ਲੱਗਦਾ। ਉਹ ਭਾਈ ਕੁੜੀਓ, ਹਰਪ੍ਰੀਤ, ਇੱਕ ਤਾਂ ਗੱਲ ਨਹੀਂ ਕੁਛ ਹੁੰਦਾ, ਤਾਂ ਫੋਨ ਦੀ ਬੈਟਰੀ ਲੋਅ ਹੋ ਗਈ, ਇਹਦਾ ਨੈੱਟ ਪਤਾ ਨਹੀਂ ਹੁਣ ਹੈਗਾ ਕਿ। ਹਰਪ੍ਰੀਤ, ਉਹ ਭਾਈ ਹਰਪ੍ਰੀਤ, ਹਰਪ੍ਰੀਤ। ਹਾਂ ਗਗਨ, ਮੈਂ ਤੈਨੂੰ ਰੁਕ ਕੇ ਗੱਲ ਕਰਦੀ, ਮਾਮਾ ਭਾਈ ਆਂਦਾ ਮੇਰਾ। ਹਾਂਜੀ ਹਾਂਜੀ ਮਾਮਾ ਜੀ, ਇੱਧਰ ਸਾਹਮਣੇ ਆ। ਮੈਂ ਕੁੱਤਾ ਘੰਟਾ ਹੋ ਗਿਆ ਭੌਂਕੀ ਜਾਂਦੇ ਨੂੰ। ਉਹ ਮਾਮਾ ਜੀ, ਮੈਂ ਗੱਲ ਕਰੀ ਜਾਂਦੀ ਸੀ, ਫੋਨ ਤੇ ਪਤਾ ਨਹੀਂ ਲੱਗਿਆ। ਅੱਛਾ, ਫੋਨ ਤੇ ਗੱਲਾਂ ਕਰ ਰਹੀ, ਤੈਨੂੰ ਜ਼ਰੂਰੀ ਹੋ ਗਈਆਂ? ਮਾਮੇ ਦਾ ਕੋਈ ਜ਼ਰੂਰੀ ਨਹੀਂ ਤੈਨੂੰ ਹੈਗਾ। ਮਾਮਾ ਜੀ, ਸੁਣੀ ਨਹੀਂ ਤੁਹਾਡੀ ਆਵਾਜ਼। ਸੁਣੀ ਨਹੀਂ, ਇਹਨੂੰ ਚਾਰਜ ਲਾ ਚੱਕ ਕੇ, ਘੰਟਾ ਹੋ ਗਿਆ ਤੈਨੂੰ ਬਾਜਾਂ ਮਾਰੀ ਜਾਂਦੇ ਨੂੰ, ਵੀ ਕੋਈ ਮੇਰੀ ਵੀ ਸੇਵਾ ਕਰ ਲਿਆ ਕਰੋ। ਤੁਹਾਨੂੰ ਕੀ ਚਾਹੀਦਾ ਮਾਮਾ ਜੀ? ਚਾਹ ਬਣਾ ਦੇ ਭਾਈ, ਚਾਹ ਕਹੀ ਜਾਣਾ ਕਦੋਂ ਦਾ, ਨਾ ਚਾਹ ਦਿੱਤਾ ਨਾ ਤੁਸੀਂ ਆਪਦੇ ਫੋਨਾਂ ਤੇ ਲੱਗੇ ਪਏ ਰਹਿੰਦੇ ਹੋ ਸਾਰਾ ਦਿਨ। ਮਾਮਾ ਜੀ, ਫਰੈਂਡ ਦਾ ਫੋਨ ਆ ਗਿਆ ਸੀ ਤੇ ਮੈਂ ਗੱਲ ਕਰਨ ਲੱਗੀ। ਕਿਹੜੀ ਫਰੈਂਡ ਦਾ ਫੋਨ ਆਇਆ ਸੀਗਾ? ਤੇ ਫਰੈਂਡਾ 100 ਹੁੰਦੀਆਂ ਨੇ, ਹੁਣ ਤੁਹਾਨੂੰ ਕੀ ਦੱਸਾਂ ਮਾਮਾ ਜੀ ਮੈਂ? ਇਹੋ ਜੀ ਕਿਹੜੀ ਫਰੈਂਡ ਆ ਵੀ ਜਿਹੜੀ ਸਾਨੂੰ ਨਹੀਂ ਦੱਸ ਸਕਦੇ? ਮੇਰੀ ਗੱਲ ਸੁਣ ਲੈ ਕੁੜਕੇ, ਮੈਂ ਤੈਨੂੰ ਗੱਲ ਦੱਸਾਂ। ਤੂੰ ਨਾ ਹੱਥਾਂ 'ਚੋਂ ਨਿਕਲਦੀ ਜਾਂਦੀ, ਸਿਰ 'ਤੇ ਚੁੰਨੀ ਲੈ ਲਾ, ਪਹਿਲਾਂ ਤਾਂ ਮੇਰੇ ਸਾਹਮਣੇ ਖੜਨਾ ਤਾ। ਇਹ ਲਾਡੀ ਹੈ ਜਿਹੜਾ ਤੇਰੀਆਂ ਗੱਲਾਂ ਨੂੰ ਉਹ ਕਰ ਦਿੰਦਾ ਗਾ। ਮਾਮਾ ਜੀ, ਇਹਦੇ ਵਿੱਚ ਹੱਥਾਂ 'ਚੋਂ ਨਿਕਲਣ ਵਾਲੀ ਕੀ ਗੱਲ ਹੈ? ਹੁਣ ਫੋਨ ਰੱਖਿਆ ਤਾਂ ਫੋਨ ਤਾਂ ਆਊਗਾ ਹੀ। ਸਿਰ 'ਤੇ ਚੁੰਨੀ ਸੰਭਲਦੇ ਨਹੀਂ, ਫਰੈਂਡਾਂ ਨਾਲ ਗੱਲਾਂ ਕਰਦੇ, ਫਰੈਂਡਾਂ ਨਾਲ ਗੱਲਾਂ ਕਰਦੇ। ਇਹੋ ਜਿਹੇ ਕਿਹੜੇ ਤੁਹਾਡੇ ਫਰੈਂਡ ਹੋ ਗਏ ਬਾਈ ਜਿਹੜੇ ਤੁਹਾਨੂੰ ਸਾਰਾ ਸਾਰਾ ਦਿਨ ਫੋਨ ਲਾਈ ਰੱਖਦੇ ਨੇ? ਮਾਮਾ ਜੀ, ਸਾਰਾ ਦਿਨ ਤਾਂ ਮੈਂ ਫੋਨ ਚੱਕਦੀ ਮੈਂ ਤਾਂ 4 ਦਿਨ ਵਾਸਤੇ ਇੱਥੇ ਆਇਆ ਕੁੜਕੇ। ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਸਿੱਧੀ ਗੱਲ ਦੱਸਦਾ, ਮੇਰੀ ਸੇਵਾ 'ਚ ਕੋਈ ਕਮੀ ਰਹੇਗੀ ਤਾਂ ਹਿਸਾਬ ਲਾ ਲਈ, ਫਿਰ ਨਾ ਕਹੀਂ ਮਾਮੇ ਨੇ ਕੁਝ ਦੱਸਿਆ ਨਹੀਂ। ਤੁਹਾਡੀ ਸੇਵਾ 'ਚ ਕੋਈ ਕਮੀ ਨਹੀਂ ਆਉਂਦੀ ਮਾਮਾ ਜੀ। ਆ ਫੋਨ ਚਾਰਜ ਲਾ ਦੇ, ਤੇ ਚੱਕ ਕੇ ਪਾਣੀ ਦਾ ਗਲਾਸ ਲਿਆ ਕੇ ਦੇ, ਜਾਂ ਮੈਨੂੰ ਚਾਹ ਬਣਾ ਕੇ ਲਿਆ ਕੇ ਦੇ। ਲਿਆਦਾ ਨਹੀਂ। ਕੀ ਗੱਲ ਹੋ ਗਈ ਮੰਮੀ? ਗੱਲ ਹੋ ਗਈ ਹੈ, ਮੇਰੇ ਫਰੈਂਡ ਦਾ ਫੋਨ ਆ ਗਿਆ ਸੀ, ਮੈਂ ਗੱਲ ਕਰਨ ਲੱਗੀ ਤੇ ਮਾਮਾ ਉਹੀ ਬੋਲਣ ਲੱਗ ਗਿਆ ਮੈਨੂੰ। ਨਾ ਉਹੀ ਮੈਂ ਕਿਉਂ ਬੋਲਣ ਲੱਗ ਗਿਆ ਭਲਾਂ ਦੀ? ਮੈਂ ਕਮਲਾ ਭਾਈ, ਮੈਂ ਤੁਹਾਨੂੰ ਉਹੀ ਬੋਲੂੰਗਾ ਦੱਸੀ। ਅੱਛਾ, ਮੇਰੀ ਕੁੱਤੇ ਵਾਲੀ ਜ਼ਬਾਨ ਲੱਗੇ, ਤੂੰ ਐਂ ਕਹਿਣਾ ਚਾਹੁੰਦੀ ਆ? ਨਹੀਂ ਨਹੀਂ ਮੰਮੀ, ਵੀ ਉਹੀ ਭੌਂਕੀ ਜਾਂਦਾ, ਦੇਖ ਲੈ ਗੱਲਾਂ ਕਰਦੀ ਆ ਕਿ ਮਾਮਾ ਤਾਂ ਉਹੀ ਭੌਂਕੀ ਜਾਂਦਾ ਗਾ। ਕਿਉਂ ਗੱਲ ਵਧਾਈ ਆ ਨਾ ਮਾਮਾ, ਕੋਈ ਗੱਲ ਨਹੀਂ, ਚਲੋ ਕੋਈ ਤੂੰ ਇਹਦੇ ਵਕੀਲ ਜੀ ਦਾ ਬਣ ਕੁੜਕੇ, ਠੀਕ ਹੈ ਨਾ? ਹਾਂ ਚਲ, ਕੋਈ ਨਾ, ਫੋਨ ਆ ਗਿਆ ਹੋਊਗਾ, ਨਹੀਂ ਸੁਣੀ 15 ਵਾਜਾਂ ਮਾਰਤੀਆਂ ਮੈਨੂੰ, ਬਾਜ ਮੈਨੂੰ ਸੁਣੀ ਨਹੀਂ ਗਈ। ਤੈਨੂੰ ਆਵਾਜ਼ ਸੁਣ ਜੋ, ਤੈਨੂੰ ਆਵਾਜ਼ ਸੁਣੂਗੀ ਅੱਜ। ਅੱਜ ਜੇ ਤੈਨੂੰ 8 ਤੱਕ ਆਵਾਜ਼ ਸੁਣਨ ਨਾ ਲਈ ਨਾ ਤੇਰੇ ਕੰਨਾਂ ਨੂੰ ਜਿਹੜਾ ਉੱਚਾ ਸੁਣਦਾ, ਤਾਂ ਮੈਨੂੰ ਵੀ ਕਿੱਕਰ ਸਿਓ ਕਿਹਨੇ ਕਹਿਣਾ, ਆ ਜਾਣ ਦੇ ਲਾਡੀ ਨੂੰ, ਫਿਰ ਦੱਸਦਾ ਨਾਲੇ ਭੈਣ ਨੂੰ ਆਉਣ ਦੇ। ਆ 10 ਮਿੰਟ ਉਹ ਬੈਠਣਗੇ, ਬਾਕੀ ਤੁਸੀਂ ਮਗਰੋਂ ਫੋਨ ਲਾ ਲਿਆ ਕਰੋ। ਮਾਮਾ ਜੀ, ਐਡੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਜਿਹੜੇ ਮੰਮੀ ਤੇ ਉਹਨਾਂ ਨੂੰ ਦੱਸੋਗੇ ਤੁਸੀਂ? ਮੰਮੀ ਤੇ ਉਹਨਾਂ ਨੂੰ ਦੱਸੋਗੇ? ਮੈਂ ਕਦੋਂ ਦਾ ਟਿੱਕੀ ਆ, ਫੋਨ ਬੰਦ ਹੋ ਗਿਆ ਲੈ ਮੇਰਾ। ਮੈਂ ਕਿਹਾ ਚਾਰਜ ਲਾ ਦੂਗੀ, ਮੈਂ ਪੁੱਤ ਵੀ ਛੇਤੀ ਆ ਕੇ ਚਾਰਜ ਲਾ ਦੇ, ਚਾਰਜ ਲਾ ਦੇ। 15 ਵਾਜਾਂ ਮਾਰਤੀ ਤੁਹਾਨੂੰ। ਮਾਮਾ ਜੀ, ਮੈਂ ਤਾਂ ਕੱਪੜੇ ਧੋਈ ਜਾਂਦੀ ਸੀ, ਮੈਂ ਵੀ ਆਖਿਆ ਰੌਲਾ ਜਿਹਾ ਪਈ ਜਾਂਦਾ, ਤਾਂ ਹੀ ਭੱਜ ਕੇ ਆਈ। ਚਲ ਕੋਈ ਨਾ, ਤੁਸੀਂ ਨਾ ਮੈਂ ਕਲੇਸ਼ ਨਾ ਬਣਾਇਓ ਨਿੱਕੀ ਜੀ ਗੱਲ ਦਾ, ਮੁੜ ਕੇ ਆਥਣੀ ਲਾਡੀ ਐਵੇਂ ਇਹਨੂੰ ਲੜੂਗਾ, ਮੈਂ ਬਣਾ ਦੇਣੀ ਆ ਚਾਹ ਨਾਲੇ ਫੋਨ ਚਾਰਜ ਲਾ ਦੇਣੀ। ਕਲੇਸ਼ ਤਾਂ ਹੁਣ ਪਊਗਾ, ਦੇਖਦੀਆਂ ਜਾਇਓ ਵੀ ਤੁਹਾਡੇ ਨਾਲ ਹੁੰਦਾ ਕੀ ਹੈ। ਮੈਂ 2 ਘੰਟੇ ਦਾ ਇੱਥੇ ਕੁੱਤਾ ਭੌਂਕੀ ਜਾਣਾ, ਜਿਹੜਾ ਤੁਸੀਂ ਦੋਹਾਂ ਜਾਣੀਆਂ ਮੇਰੀ ਗੱਲ ਹੀ ਨਹੀਂ ਸੁਣਦੀਆਂ। ਹੈ ਵੀ ਚਲ ਉਹ ਵੱਗ ਗਏ ਹੈਗੇ, ਵੱਗ ਗਏ ਕੰਮਾਂ ਦੇ ਉੱਤੇ, ਆ 10 ਮਿੰਟ ਕੰਮ ਕੀ ਪੈ ਗਿਆ, ਭੈਣ ਨੂੰ ਮਰਗ ਸ਼ਰਗ ਦੇ ਉੱਤੇ ਵੀ ਤੁਸੀਂ ਤਾਂ ਜਾਣ ਨਹੀਂ ਦਿੰਦੀਆਂ। ਉਹਨੇ ਚੱਕ ਕੇ ਫੋਨ ਲਾ ਲਿਆ, ਮੈਂ ਤਾਂ ਫਰੈਂਡਾਂ ਨੂੰ ਫੋਨ ਲਾਉਣੀ ਆ, ਤੇ ਤੈਨੂੰ ਉੱਥੇ ਬੈਠੀ ਨੂੰ ਸੁਣਿਆ ਹੀ ਨਹੀਂ ਕੁਛ। ਮਾਰਦੀ ਆ ਗੱਲਾਂ, ਲਾਓ ਚਾਰਜ ਮੇਰਾ ਫੋਨ ਚੱਕ ਕੇ। ਹਾਂਜੀ ਮਾਮਾ, ਲਾ ਦੇਣੀ। ਹੁਣ ਤੋੜਨਾ ਇਹਨਾਂ ਨੂੰ, ਅੱਧਾ ਅੱਧਾ ਵੰਡ ਲਓ ਇਹਨੂੰ। ਮਾਮਾ ਕਿਉਂ ਐਵੇਂ ਘਾਬਰੀ ਜਾਂਦਾ, ਚੱਲ ਕੋਈ ਨਾ। ਲੈ ਕੁੜਕੇ ਤੂੰ ਫੋਨ ਲਾ ਕੇ ਆ, ਅੱਛਾ ਕਦ ਫੋਨ ਆਉਣ ਦੇ ਲਾਡੀ ਨੂੰ, ਅੱਜ ਤੇਰੀ ਗੁੱਤ ਪਟਾਉਂਗਾ ਮੈਂ, ਤੂੰ ਮੈਨੂੰ ਮਾਮਾ ਕਿਹਨੇ ਕਹਿਣਾ ਗਾ। ਮਾੜੀ ਮਾੜੀ ਗੱਲ ਤੇ ਬੋਲਦਾ ਮਾਮਾ। ਬੋਲਦਾ ਹੀ ਆ ਫਿਰ, ਬੋਲੂਗਾ ਮੈਂ ਤਾਂ। ਮਾਮਾ ਜੀ ਤੁਸੀਂ ਚੁੱਪ ਕਰ ਜਾਓ, ਇਹਨਾਂ ਵੀ ਤਾਂ ਆਈ ਆ ਵਿਚਾਰੀ, ਕੀ ਆਂਦੀ ਹੋਊਗੀ ਵੀ ਮਾਮਾ ਇਹ ਬੋਲਦਾ। ਆਈ ਇਹ ਨਾਲੇ ਉਹ ਆਈ ਆ, ਮੇਰੀ ਗੱਲ ਸੁਣ ਭਾਈ। ਹਾਂਜੀ ਮੰਮੀ, ਇੱਧਰ ਸਾਹਮਣੇ ਆ, ਪਹਿਲਾਂ ਤਾਂ ਮੇਰੇ ਨਾਲ ਗੱਲ ਸੁਣ। ਦੇਖ ਤੈਨੂੰ ਮੈਂ ਕੀ ਗੱਲ ਕਹੀ ਸੀ,
ਮਹੀਨਾ ਹੋਣ ਨੂੰ ਆਇਆ ਤੇ ਤੂੰ ਮੈਨੂੰ ਕਿਸੇ ਗੱਲ ਦਾ ਵਰਸੁਰ ਨਹੀਂ ਦਿੱਤਾ। ਕਿਤੇ ਇਹ ਨਾ ਹੋਵੇ ਗੱਲ ਵਿਗੜ ਜੇ ਫਿਰ। ਕੋਈ ਨਾ ਮਾਮਾ ਜੀ, ਮੈਂ ਕੀਤੀ ਆ ਨਾ ਗੱਲ ਤੇ ਬਾਕੀ ਮੈਂ ਚਾਚੇ ਦੇ ਮੁੰਡੇ ਤੋਂ ਫੜ ਕੇ ਦੇ ਦੂੰਗੀ। ਤੂੰ ਜੇ ਤੂੰ ਮਰਜ਼ੀ ਫੜ, ਠੀਕ ਹੈ ਨਾ। ਮੈਂ ਤਾਂ ਇੱਥੋਂ ਉਦੋਂ ਜਾਊਂਗਾ ਜਦੋਂ ਤੂੰ ਮੇਰੀ ਤਲੀ ਦੇ ਉੱਤੇ ਪੈਸੇ ਧਰਤੇ। ਮਾਮਾ ਜੀ, ਤੁਸੀਂ ਇੰਨਾ ਲਾਲਚ ਕਿਉਂ ਕਰਦੇ ਹੋ? ਤੇ ਤੁਹਾਡੀ ਭੈਣ ਦੇ ਤਾਂ ਘਰ ਆ, ਤੁਸੀਂ ਇੱਥੋਂ ਹੀ ਖਾਓਗੇ? ਮੇਰੀ ਭੈਣ ਦਾ ਘਰ ਹੋਵੇ ਭਾਵੇਂ ਕਿਵੇਂ ਮਰਜ਼ੀ ਹੋਵੇ, ਮੈਨੂੰ ਮਾਮਾ ਕਹਿੰਦੇ ਆ, ਸ਼ਕੂਨੀ ਮਾਮਾ। ਲੱਗੀ ਸਮਝ? ਤੇ ਸ਼ਕੂਨੀ ਆ ਮੇਰੀ ਆਦਤ। ਤੂੰ ਬਸ ਜਿਹੜਾ ਕੰਮ ਤੈਨੂੰ ਕਿਹਾ ਹੋਇਆ ਨਾ, ਉਸ ਕੰਮ 'ਤੇ ਧਿਆਨ ਦੇ। ਤੇਰੇ ਕੋਲ ਦਿਨ ਗਿਣਤੀ ਦੇ ਰਹਿ ਗਏ ਆ। ਫਿਰ ਇਹ ਨਾ ਕਹੀਂ ਵੀ ਮੇਰੀ ਧੀ ਦਾ ਘਰ ਸੀ ਇਹ, ਅਤੇ ਮਾਮੇ ਨੇ ਕਲੇਸ਼ ਪਵਾ ਕੇ ਅਤੇ ਸਾਡਾ ਘਰ ਜਿਹੜਾ ਹੈ ਸਾਡੇ ਹੱਥੋਂ ਖੁਝਾਤਾ। ਨਾ ਨਾ ਮਾਮਾ, ਇਹੋ ਜਿਹਾ ਕੁਛ ਨਾ ਕਰਿਓ, ਮੈਨੂੰ ਤਾਂ ਕਲੇਸ਼ ਤੋਂ ਬਾਹਲਾ ਡਰ ਲੱਗਦਾ, ਐਵੇਂ ਮੇਰੀ ਮੰਮੀ ਨੂੰ ਦੁੱਖ ਹੋਊਗਾ, ਨਾਲੇ ਉਹ ਲੜੂਗੀ। ਜੇ ਤੈਨੂੰ ਡਰ ਲੱਗਦਾ ਹੁੰਦਾ ਨਾ ਕੁੜਗੇ, ਤਾਂ ਇੰਨਾ ਟਾਈਮ ਤੂੰ ਭੈਣ ਨਹੀਂ ਸੀ ਦੇਣਾ। ਮਾਮਾ ਜੀ, ਤੁਹਾਨੂੰ ਪਤਾ ਇੰਨੇ ਪੈਸੇ ਕਿਹੜਾ ਸਾਡੇ ਕੋਲ ਧਰੇ ਪਏ ਆ, ਕਿਤੋਂ ਕਰਕੇ ਫੇਰ ਹੀ ਦੇਵਾਂਗੇ? ਉਹ ਤਾਂ ਹੁਣ ਤੇਰਾ ਫਿਕਰ ਹੈ, ਜਦੋਂ ਇੰਨੇ ਪੈਸੇ ਕਰਕੇ ਤੂੰ ਐਡਾ ਵੱਡਾ ਮਹਿਲ ਖਰੀਦ ਸਕਦੀ ਹੈ, ਤਾਂ ਮੈਂ ਤਾਂ ਸਿਰਫ 2-2.5 ਲੱਖ ਰੁਪਏ ਹੀ ਮੰਗਿਆ। ਨਾਲੇ ਗੱਲ ਹੋਰ, ਮਾੜੀ ਜਿਹੀ ਗਾਂਹ ਹੋ ਕੇ ਗੱਲ ਸੁਣ ਲੈ। ਮੈਂ ਤੈਨੂੰ ਦੱਸ ਦਿਆਂ, ਹੁਣ ਤਾਂ ਮੈਂ ਤੈਨੂੰ 2-2.5 ਲੱਖ 'ਚ ਹੀ ਕੰਮ ਸਾਰਨ ਨੂੰ ਕਹਿ ਰਿਹਾ। ਜੇ ਇਹ ਮਹੀਨਾ ਟੱਪ ਗਿਆ ਨਾ ਇਹ, ਅਤੇ ਮੇਰੇ ਤੂੰ ਪੈਸੇ ਨਾ ਬਣਾਏ, ਤਾਂ ਮੈਂ ਇਹ ਰੇਟ ਦੁੱਗਣਾ ਕਰ ਦੂੰਗਾ। ਫੇਰ ਨਾ ਕਹੀਂ ਵੀ ਮਾਮਾ ਜੀ, ਮੈਥੋਂ ਤਾਂ 5 ਲੱਖ ਰੁਪਈਆ ਹੋਣਾ ਨਹੀਂ, ਤੇਰੇ ਕੋਲ ਸਿਰ 15 ਦਿਨ ਹੈ, ਅਤੇ 15 ਦਿਨਾਂ ਦੇ ਵਿੱਚ 2.5 ਲੱਖ ਰੁਪਈਆ ਮੇਰੇ ਹੱਥ 'ਤੇ ਧਰ ਦੇ। ਨਹੀਂ ਤਾਂ ਮੈਂ ਸਾਰੀ ਗੇਮ ਇੱਧਰ ਉੱਧਰ ਘੁਮਾ ਕੇ ਨਾ, ਅਤੇ ਸਭ ਕੁਛ ਪੁੱਠਾ ਸਿੱਧਾ ਕਰ ਦੇਣਾ। ਫੇਰ ਨਾ ਮੈਨੂੰ ਕਹੀਂ ਵੀ ਮਾਮੇ ਨੇ ਐਂ ਕਰਤਾ। ਕੋਈ ਨਾ ਮਾਮਾ ਜੀ, ਮੈਂ ਕਰਦੀ ਹੱਲ, ਕਰ ਦੂੰਗੀ ਪੈਸੇ ਤੁਹਾਨੂੰ 2-2.5 ਲੱਖ ਰੁਪਈਆ। ਜੇ ਚਾਹ ਬਣਾ ਕੇ ਲੈ ਗਿਆ ਹੁਣ ਲਿਆਉਣੀ ਆ ਮਾਮਾ, ਨਾਲੇ ਹੋਰ ਆਏ ਹੁਣ ਇਹ 'ਤੇ ਵੀਡੀਓ ਚਲਾ ਲਈਏ। ਹਾਂ ਆ ਦੇਣੇ ਆ। ਹਾਂ ਬਾਈ, ਸੋਹਣੀਆਂ ਵੀਡੀਓ ਬਣਾਉਂਦੇ ਆ। ਚਾਹ ਬਣਾਉਂਦੀ ਸੀ ਮਾਮੇ ਵਾਸਤੇ, ਮੈਨੂੰ ਐਂ ਦੱਸ ਤੂੰ ਕਾਹਤੋਂ ਮਾਮੇ ਮੂਹਰੇ ਬੋਲੀ ਜਾਂਦੀ ਸੀ? ਨਾ ਮੈਂ ਬੋਲਾਂ ਕਿਉਂ ਨਾ, ਬਿਨਾਂ ਗੱਲ ਤੋਂ ਬੋਲਣ ਲੱਗ ਗਿਆ, ਫੋਨ ਆਇਆ ਮੇਰੇ ਕੋਲ, ਗੱਲ ਕਰ ਲਈ ਤਾਂ ਫਿਰ ਕੀ ਹੋ ਗਿਆ? ਇਹ ਤਾਂ ਐਂ ਕਰਦੇ, ਨਿੱਕੀ ਜਿਹੀ ਗੱਲ ਦੇ ਨਾ ਵੱਡੀ ਗੱਲ ਬਣਾ ਦਿੰਦਾ ਤੇ ਘਰੇ ਕਲੇਸ਼ ਪਵਾ ਦਿੰਦਾ, ਪਹਿਲਾਂ ਸਾਡੇ 'ਚ ਲੜਾਈ ਐਂ ਪਵਾ ਕੇ ਗਿਆ। ਮੈਂ ਤਾਂ ਇਹਨੂੰ ਇੰਨਾ ਚੰਗਾ ਸਮਝਦੀ ਸੀ, ਮੈਂ ਤਾਂ ਉਹੀ ਇਹਦੇ ਅੱਗੇ ਪਿੱਛੇ ਘੁੰਮਦੀ ਰਹੀ, ਮੈਨੂੰ ਤਾਂ ਐਂ ਪਤਾ ਹੀ ਨਹੀਂ ਸੀ ਵੀ ਇੰਨਾ ਵਹਿਬਤੀ ਆ। ਹੋਰ ਮੈਂ ਤੈਨੂੰ ਉਹ ਦਿਨ ਡਿੱਗਦੀ ਜਦੋਂ ਇਹ ਘਰੋਂ ਜਾਊਗਾ। ਤੂੰ ਤਾਂ ਨਾ ਉਹੀ ਡਰਦੀ ਰਹਿੰਦੀ ਹੈ, ਤਾਂ ਹੀ ਤਾਂ ਮੈਂ ਬੋਲ ਪਈ, ਡਰ ਡਰ ਕੇ ਨਹੀਂ ਹੁੰਦਾ। ਬੋਲ ਕੇ ਕਿਹੜਾ ਤੂੰ ਪ੍ਰਧਾਨ ਬਣ ਗਈ, ਇੱਧਰ ਛਿੱਤਰ ਪਵਾਊਗਾ ਉਹਦੇ ਲਾਡੀ ਤੋਂ। ਆਏ ਕਿਵੇਂ ਪਵਾਊਗਾ, ਕਿਸੇ ਨੂੰ ਕੁਛ ਨਹੀਂ ਕਹਿੰਦਾ, ਤੂੰ ਦੇਖੀ ਚੱਲੀ। ਇਹਨੂੰ ਘਰੋਂ ਕਿਵੇਂ ਕੱਢ ਗਏ, ਜਿੰਨਾ ਟਾਈਮ ਇਹ ਇੱਥੇ ਰਹੂਗਾ ਨਾ ਉਨਾ ਟਾਈਮ ਕਲੇਸ਼ ਹੀ ਰਹੂਗਾ ਆਪਣੇ ਘਰੇ। ਨਾਲੇ ਹੁਣ ਚਾਹ ਚੂ ਨਾ ਬਣਾ ਕੇ ਦੇ, ਮੈਂ ਤਾਂ ਦਿੰਦੀ ਨਹੀਂ ਬਣਾ ਕੇ ਇਹਨੂੰ। ਲੈ ਹੁਣ ਜੇ ਕਹੀ ਜਾਂਦਾ ਚਾਹ ਤਾਂ ਬਣਾ ਕੇ ਦੇਣੀ ਪਊਗੀ। ਐਂ ਕਿਵੇਂ ਦੇਣੀ ਪਊ, ਜੇ ਮੈਂ ਤੈਨੂੰ ਕਹਿ ਤਾ ਨਾ ਨਹੀਂ ਬਣਾਉਣੀ। ਮੈਂ ਤੈਨੂੰ ਐਂ ਕਹਿੰਦੀ ਹਾਂ, ਆਪਾਂ ਜਾਂਦੇ ਹਾਂ ਮਾਮੇ ਕੋਲ, ਠੀਕ ਹੈ? ਤੂੰ ਉਹਦੇ ਮੂਹਰੇ ਮੈਨੂੰ ਮਾੜਾ ਬੋਲੀ, ਮੈਂ ਤੈਨੂੰ ਬੋਲੂੰਗੀ, ਚੰਗਾ? ਆਪਾਂ ਇੱਕ ਦੂਜੇ ਨੂੰ ਬੋਲਾਂਗੇ, ਬਸ ਆਪਾਂ ਆਪਦੀ ਲੜਾਈ 'ਚ ਲੱਗ ਜਾਂਗੇ, ਮਾਮਾ ਆਪੇ ਬੋਲੀ ਜਾਊਗਾ, ਆਪਾਂ ਸੁਣਦੀਆਂ ਨਹੀਂ ਉਹਦੀ ਗੱਲ, ਠੀਕ ਹੈ? ਮੇਰੀ ਗੱਲ ਸੁਣ, ਮੈਂ ਜਾਂਦੀ ਹਾਂ ਮਾਮੇ ਕੋਲ, ਮਾਮੇ ਨੂੰ ਕਹਿੰਦੀ ਦੁੱਧ ਖੱਟਾ ਹੋ ਗਿਆ, ਤੇ ਮੇਰੇ ਪਿੱਛੇ ਆ ਜਾਈ, ਚੰਗਾ? ਤੂੰ ਹੀ ਨਾ ਲੜਾਈ ਪਵਾ ਦੀ ਕੋਈ ਵੱਡੀ, ਬਿਨਾਂ ਗੱਲ ਤੇ ਮਾਮਾ ਰਸੋਈ 'ਚ ਆ ਗਿਆ ਫਿਰ। ਐਂ ਕਿਵੇਂ ਆ ਗਿਆ, ਮਾਮਾ ਰਸੋਈ 'ਚ ਅੱਗੇ ਕਦੇ ਆਇਆ? ਜਿਹੜਾ ਹੁਣ ਆਊਗਾ ਚੱਕ ਕੇ ਪਾਣੀ ਤਾਂ ਪੀਤਾ ਨਹੀਂ ਜਾਂਦਾ, ਦੁੱਧ ਦੇਖਣ ਆਊਗਾ ਉਹ। ਚੱਲ ਦੇਖ ਲੈ ਫਿਰ, ਤੂੰ ਜਾ ਫਿਰ ਪਿੱਛੇ ਆਉਣਾ, ਊਂ ਹੀ ਨਾ ਡਰਿਆ ਜਾ ਕਰਨ ਵਾਲੇ। ਹਾਂ ਚੰਗਾ, ਇਹ ਪਵਾਊਗੀ ਛਿੱਤਰ, ਉਹ ਤਾਂ ਭਾਵੇਂ ਨਾ ਹੀ ਪੈਣਾ। ਚੱਲ ਦੇਖਦੇ ਹਾਂ ਕੀ ਕਰਦੀ ਆ। ਮਾਮਾ, ਦੁੱਧ ਖੱਟਾ ਹੋ ਗਿਆ, ਚਾਹ ਤਾਂ ਹੁਣ ਬਣਨੀ ਨਹੀਂ। ਆਏ ਓਏ, ਫਰਿੱਜ 'ਚ ਰੱਖਣਾ ਭੁੱਲ ਗਏ ਮਾਮਾ, ਉਦੋਂ ਗਰਮ ਸੀਗਾ। ਉਹ ਮਾਮੇ ਨੂੰ ਫਿਰ ਕੀ ਸੁਣਾਈ ਜਾਂਦੀ ਹੋ ਹੁਣ, ਮਾਂ ਨੇ ਕੁਝ ਸਿਖਾ ਕੇ ਨਹੀਂ ਭੇਜਿਆ ਤੁਹਾਨੂੰ? ਨਾ ਇਹਦੇ ਵਿੱਚ ਮਾਂ ਕਿੱਧਰੋਂ ਆ ਗਈ। ਉਹ ਤੂੰ ਜਾ ਕੁੜੀਆ ਜਾ ਵਗ ਜਾ ਇੱਥੋਂ।
ਮੇਰਾ ਦਿਮਾਗ ਨਾ ਖਾਓ, ਸਿੱਧਾ ਕਹੋ ਮਾਮੇ ਨੂੰ ਚਾਹ ਨਹੀਂ ਦੇਣੀ ਕੀ ਹੈ। ਮਾਮਾ ਮੈਂ ਲਾਡੀ ਨੂੰ ਫੋਨ ਕਰ ਦਿੰਦੀ, ਉਹ ਲੈ ਆਊਗਾ ਦੁੱਧ ਫੜ ਕੇ। ਲਾਡੀ ਨੂੰ ਦੁੱਧ ਭਗਣ ਵਾਸਤੇ ਫੋਨ ਕਰ ਦੋ, ਨਾਲੇ ਫਲਾਨਾ ਕਰ ਦਿਓ। ਮੈਂ ਤਾਂ ਬਾਹਰ ਹੀ ਵਗ ਜਾਣਾ ਭਾਈ, ਮੈਂ ਤਾਂ ਉੱਥੇ ਜਾ ਕੇ ਪੀ ਲੂੰਗਾ ਚਾਹ। ਨਾ ਨਾ ਬਾਹਰ ਤਾਂ ਕਦੋਂ ਪੀਣੀ, ਬਸ ਆਉਂਦਾ ਹੀ ਉਹ ਲੈ ਆਊਗਾ, ਫੜ ਲਿਆ ਦੁੱਧ। ਕੌਣ ਲੈ ਆਊਗਾ ਦੁੱਧ ਫੜ ਕੇ? ਲਾਡੀ। ਲਾਡੀ ਲਾਡੀ ਲੈ ਕੇ ਆਊਗਾ, ਤੁਸੀਂ ਨਹੀਂ ਸੰਭਾਲ ਘਰ ਦੀ ਰੱਖਣੀ ਹੈ ਨਾ। ਜੇ ਮੈਂ ਦੋ ਦਿਨ ਵਾਸਤੇ ਆ ਗਿਆ, ਭੈਣ ਵਗ ਗਈ ਮਾੜਾ ਜਿਹਾ ਦੋ ਘੰਟੇ, ਤੇ ਤੁਸੀਂ ਮਗਰੋਂ ਘਰ ਦੇ ਵਿੱਚ ਤਾਂ ਹੁੱਲਾ ਪਾ ਦੋਗੇ। ਨਾ ਦੁੱਧ ਤਾਂ ਫ੍ਰਿਜ 'ਚ ਰੱਖ ਦਿੰਦੀ, ਕਰਦੀ ਕੀ ਰਹਿੰਦੀ ਆ ਤੂੰ? ਤੇਰੇ ਹੱਥ ਟੁੱਟੇ ਆ, ਤੂੰ ਨਹੀਂ ਰੱਖ ਸਕਦੀ ਸੀ ਅੰਦਰ। ਮੈਂ ਤਾਂ ਕੁੜੀ ਵੀ ਸਾਂਭਣੀ ਹੁੰਦੀ ਆ, ਤੂੰ ਤਾਂ ਵੇਖਣੀ ਨਹੀਂ ਸਾਰਾ ਦਿਨ। ਅੱਛਾ ਜੇ ਕੁੜੀ ਸਾਂਭਣੀ ਤਾਂ ਚੀਜ਼ਾਂ ਨਹੀਂ ਵੇਖਣੀਆਂ ਹਨਾ, ਤੇ ਤੂੰ ਨਹੀਂ ਦੇਖ ਸਕਦੀ ਨਾ ਲੜਾਈ। ਓ ਭਾਈ ਮੇਰੀ ਗੱਲ ਸੁਣ ਲਓ, ਤੁਸੀਂ ਆਪਸ 'ਚ ਚਗਲ ਚਗਲ ਬਾਅਦ 'ਚ ਕਰ ਲਿਓ, ਮੇਰੀ ਵੀ ਕੁਝ ਸੁਣ ਲਓ, ਕੁੱਤੇ ਦੀ ਮੇਰੀ ਗੱਲ ਵੀ ਸੁਣ ਲਓ। ਮਾਮਾ ਕੋਈ ਗੱਲ ਨਹੀਂ, ਚਾਹ ਬਣਾ ਦੇਣੇ, ਚਾਹ ਦੀ ਕਿੱਡੀ ਗੱਲ, ਅੱਗੇ ਚਾਹ ਨਹੀਂ ਪਿਆਈ ਤੁਹਾਨੂੰ ਕਦੇ? ਜੇ ਬਣਾਉਂਗੇ ਕਦੇ, ਜੇ ਦੁੱਧ ਇਕੱਠਾ ਕਰ ਮਾਮਾ, ਹਜੇ ਟਾਈਮ ਲੱਗੂਗਾ, ਦੁੱਧ ਆਊਗਾ ਤਾਂ ਚਾਹ ਬਣਾ ਕੇ ਦੇ ਦਾਂਗੇ। ਲੈ ਦੋਟ ਕੇ ਗੱਲ ਕਰਤੀ ਕੁੜੀ ਨੇ ਤਾਂ ਵੀ ਮਾਮਾ, ਕਹਦਾ ਰੌਲਾ ਪਾਇਆ। ਆ ਦੇਖ ਲਾ, ਦੇਖ ਲਾ, ਦੇਖ ਲਾ ਪੁੱਤ, ਮੈਂ ਚਾਹ ਮੰਗੀ ਮੇਰੇ ਵਾਸਤੇ, ਦੇਖ ਲਾ ਕੀ ਕੁਛ ਕਹੀ ਜਾਂਦੀਆਂ ਨੇ, ਦੁੱਧ ਖੱਟਾ ਹੋ ਗਿਆ ਜਾਣ ਕੇ। ਰੋਣ ਵਾਲੀ ਕੀ ਗੱਲ ਆ ਮਾਮਾ, ਜਵਾਬ ਕਹੂੰਗਾ ਤਾਂ ਰੋਣਾ, ਤੇ ਦੁੱਧ ਕਿਉਂ ਖੱਟਾ ਕਰਦਾ ਤੁਸੀਂ ਅੰਦਰ ਹੀ ਰੱਖਿਆ ਫ੍ਰਿਜ 'ਚ? ਭੁੱਲ ਗਈਆਂ ਕਿ ਤਾਂ ਗਰਮੀ ਵਾਲੀ, ਕੁੜੀ ਰੋਣ ਲੱਗ ਗਈ, ਮੈਂ ਤਾਂ ਉੱਧਰ ਹੋ ਗਈ, ਇਹਨੂੰ ਕਿਹਾ ਸੀ ਮੇਰੀ ਗੱਲ ਹੀ ਨਹੀਂ ਸੁਣੀ ਮੁੜ ਕੇ, ਤੇ ਤੂੰ ਰੱਖ ਦਿੰਦੀ ਭਾਬੀ? ਨਾ ਮੈਨੂੰ ਹੋਰ ਕੰਮ ਥੋੜੇ ਆ, ਇਹ ਤਾਂ ਕੁੜੀ ਦਾ ਬਹਾਨਾ ਲੈ ਕੇ ਬੈਠੀ ਰਹਿੰਦੀ, ਕੰਮ ਨਹੀਂ ਕਰਦੀ, ਕਾਰ ਨਹੀਂ ਕਰਦੀ ਕੋਈ। ਉਹ ਕੰਮ ਵਾਲੀ ਦਾ ਕੀ ਗੱਲ ਹੁੰਦੀ ਆ, ਮਾੜਾ ਮੋਟਾ ਦੇਖ ਪਰਖ ਤਾਂ ਲਵੇ ਬੰਦਾ, ਦੁੱਧ ਕਿਹੜਾ ਸਸਤਾ ਹੈਗਾ, 70-75 ਰੁਪਏ ਕਿਲੋ ਆ ਅੱਜ ਪਹਿਲੀ ਵਾਰ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਪੁੱਤ, ਮੈਂ ਤਾਂ 4 ਦਿਨ ਇੱਥੇ ਆਇਆ ਹੈਗਾ, ਵੀ ਚੱਲ ਆਪਦੇ ਭੈਣ ਕੋਲੇ ਜਾਊਂ, ਆਪਦੇ ਭਾਣਜਿਆਂ ਕੋਲੇ 10 ਦਿਨ ਲਾਇਆ ਆਊਂਗਾ ਮੈਂ, ਹੈ ਤੇ ਆ ਨਾਲ ਦੇ ਗਵਾਂਢ ਦੇ ਵਿੱਚ ਮਰਗ ਹੋਈ ਹੈ ਭੈਣ, ਤਾਂ ਉੱਥੇ ਵਗ ਗਈ ਵੀ ਚੱਲ ਮੈਂ 10 ਮਿੰਟ ਬੈਠਿਆ, ਬਾਈ ਤੂੰ ਬੈਠ ਜਾ, ਤੈਨੂੰ ਚਾਹ ਪਾਣੀ ਬਣਾ ਕੇ ਦੇ ਦੇਣਗੀਆਂ। ਜੇ ਮੈਨੂੰ ਇੰਨਾ ਪਤਾ ਹੁੰਦਾ ਤਾਂ ਮੈਂ ਨਾਲ ਹੀ ਵਗ ਜਾਂਦਾ, ਚਾਹ ਤਾਂ ਪਿਆ ਹੀ ਦਿੰਦੇ ਉਹ। ਚਾਹ ਤਾਂ ਪਿਆਉਂਦੇ ਮਾਮਾ, ਹੁਣ ਇਹ ਵੀ ਤੇਰਾ ਘਰ ਆਪਦਾ ਹੀ ਆ, ਤੇ ਫਿਰ ਹੁਣ ਇਹ ਵੀ ਤਾਂ ਸਮਝਣ ਨਾ ਪਤ ਮੈਨੂੰ। ਨਿਗਾਹ ਰੱਖਿਆ ਕਰੋ ਅਮਰਿੰਦਰ, ਤੁਸੀਂ ਮਾੜੀ ਮਾੜੀ ਗੱਲ ਤੇ ਮਾਮੇ ਨੂੰ ਦੇਖ ਲੈ ਨਾਰਾਜ਼ ਕਰਤਾ ਤੁਸੀਂ। ਮਾਮੇ ਦੀ ਤਾਂ ਆਦਤ ਹੀ ਹੈ ਢੰਗ ਕਰਨ ਦੀ, ਮਾੜੀ ਮਾੜੀ ਗੱਲ ਤੇ ਢੰਗ ਕਰਨ ਲੱਗ ਜਾਂਦਾ। ਦੇਖ ਲਾ ਬਈ ਮੈਂ ਢੰਗ ਕਰਦਾਗਾ, ਠੀਕ ਹੈ ਭਾਈ ਤੁਹਾਡਾ ਘਰ ਹੈ, ਤੁਸੀਂ ਤਾਂ ਕਹੋਗੇ, ਕੁੱਤਾ ਤਾਂ ਮੈਂ ਆ ਜਿਹੜਾ ਇੱਥੇ ਆ ਗਿਆ ਆਪਦਾ ਘਰ ਛੱਡ ਕੇ ਤੁਹਾਡੇ ਕੋਲੇ, ਵੀ ਚੱਲ ਜਵਾਕਾਂ ਕੋਲੇ ਜਾਊਂਗਾ ਮੈਂ, ਪਰ ਤੁਸੀਂ ਤਾਂ ਮੈਨੂੰ ਐਂ ਸੋਚਦੇ ਹੋ, ਠੀਕ ਹੈ ਅੱਗੇ ਤਾਂ ਨਹੀਂ ਬੋਲਣ ਦੀ, ਇਹਨੂੰ ਤਾਂ ਇਹਦਾ ਮਰੀ ਜਾਂਦੀ ਐ, ਅੱਗੇ ਤਾਂ ਨਹੀਂ ਆਉਂਦੇ ਭਾਈ। ਨਹੀਂ ਨਹੀਂ ਮਾਮਾ ਆਉਂਦੇ ਕਿਉਂ ਯਾਰ, ਆਪਦਾ ਘਰ ਆਪਣਾ, ਆਹੀ ਗੱਲ ਆ ਗਈ, ਜੇ ਕੋਈ ਮੋਹ ਪਿਆਰਾ ਚਾਹੁੰਦਾ ਚਾਹੁੰਦਾ ਹੀ ਨਹੀਂ ਫਿਰ ਕੀ ਫਾਇਦਾ, ਆ ਕੇ ਕੀ ਲੈਣਾ ਯਾਰ ਇੱਥੇ। ਮਾਮਾ ਜੀ ਕੋਈ ਗੱਲ ਨਹੀਂ, ਚਾਹ ਮੈਂ ਬਣਾ ਦਿੰਦੀ, ਤੁਸੀਂ ਦੁੱਧ ਲਿਆ ਦਿਓ ਜਾਂ ਦੁਕਾਨ ਤੋਂ। ਦੁੱਧ ਤਾਂ ਮੈਂ ਲਿਆ ਦਿੰਦਾ ਕੋਈ, ਤੂੰ ਕੁੜੀ ਇਹ ਕਹਿੰਦੀ ਆ ਮੈਂ ਤਾਂ ਰੁਕ ਜਾਣਾ, ਮੈਂ ਤੈਨੂੰ ਦੱਸਾਂ ਗੱਲ, ਨਹੀਂ ਜਿਵੇਂ ਮੇਰੇ ਮੂੰਹ ਨਾਲ ਇਹਨੇ ਕੀਤੀ ਹੈ ਨਾ, ਮੈਂ ਤਾਂ ਇੱਥੇ ਪੈਰ ਨਾ ਪਾਵਾਂ। ਇਹੋ ਜਿਹਾ ਮਾਮਾ ਮੈਂ ਕੀ ਕਰਤਾ ਜਿਹੜਾ ਪੈਰ ਨਾ ਪਵਾ, ਐਡੀ ਵੱਡੀ ਗੱਲ ਕਿਉਂ ਕਹੀ ਇਹਨੇ ਤੁਸੀਂ? ਦੇਖ ਲਾ ਭਾਈ ਤੂੰ ਕਿਉਂ ਬੋਲੀ ਜਾਂਦੀ ਐ ਵਾਰੀ ਵਾਰੀ। ਚੱਲ ਚੰਗਾ ਤੁਸੀਂ ਕਰ ਲਓ, ਜੇ ਮੈਂ ਲਾਡੀ ਨੂੰ ਦੱਸਦਿਆਂ ਭਲਾਂ ਦੀ, ਫਿਰ ਤੂੰ ਐਂ ਦੇ ਆਹੀ ਦਾ ਰੌਲਾ, ਫਿਰ ਐਵੇਂ ਥਪੜੇ ਖਾਊਗੀ ਉਹ ਤਾਂ, ਫਿਰ ਉਹੀ ਤਾਂ ਗੱਲ, ਤੂੰ ਐਂ ਕਰ ਪੁੱਤ ਦੁੱਧ ਲਿਆ ਚੱਲ ਆਤੀ ਰਾਣੀ। ਹਾਂ ਮਾਮੇ ਨੂੰ ਸ਼ਕੀਨ ਆ, ਇਹ ਤਾਂ ਕੁੜੀ ਚੰਗੀ ਐ, ਇਹ ਤਾਂ ਕੁੜੀ ਚੰਗੀ ਐ, ਹੁਣ ਉਹ ਪਤਾ ਨੀ ਕਿਉਂ ਵੱਟ ਖਾਂਦੀ ਐ। ਮਾਮਾ ਉਹਦਾ ਕਾਹਦਾ ਗੁੱਸਾ ਕਰਦਾ, ਉਹ ਤਾਂ ਬੜਬੋਲੀ ਆ, ਐਵੇਂ ਬੋਲ ਦਿੰਦੀ ਜਿਹੜਾ ਕੁਛ ਦਿਲ ਚ ਹੁੰਦਾ। ਉਹ ਨਾਲੇ ਮਾਮਾ ਤੂੰ ਕਿਹੜੀ ਗੱਲ ਪਿੱਛੇ ਕਲੇਸ਼ ਪਾਈ ਬੈਠਾ, ਮੈਂ ਬੋਤਲ ਲਿਆਉਣਾ ਜਾ ਕੇ ਰੋਇਲ ਸਟੈਗ ਦੀ, ਤੂੰ ਉਹ ਪੀ, ਚਾਹਦਾ ਕੀ ਪੀਣਾ ਇੱਥੇ? ਉਹ ਫਾਨ ਜਾ ਤੂੰ ਵੀ ਨਾ, ਬਸ ਬਸ ਆ ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਮੇਰੀਆਂ ਮਿੰਤਾਂ ਕਰਨ ਲੱਗ ਜਾਂਦੇ ਹੋ, ਮੈਂ ਤਾਂ ਹੀ ਰੁਕ ਜਾਣਾ ਇੱਥੇ। ਉਹ ਮਾਮਾ ਕਰਨੀਆਂ ਪੈਂਦੀਆਂ ਹੁਣ, ਬੇਬੇ ਗੁੱਸਾ ਕਰ ਜਾਂਦੀ ਐ ਮੇਰੇ। ਨਹੀਂ ਨਹੀਂ ਉਹ ਮੈਨੂੰ ਪਤਾ, ਹੁਣ ਤੁਸੀਂ ਤਾਂ ਹੈਗੇ ਜਿਹੜੀ ਮੇਰੀ ਸੇਵਾ ਕਰਦੇ ਹੋ ਨਾ, ਫਿਰ ਮੈਂ ਰੁਕ ਜਾਣਾ ਕੋਈ ਗੱਲ ਨਹੀਂ, ਤਾਂ ਮੈਂ ਫੈਸਲਾ ਕਰ ਲਿਆ ਸੀ ਜਾਣ ਦਾ। ਚੱਲ ਜਾਈਂਦਾ ਨਾ ਤੂੰ, ਮਾਮਾ ਹਰਪ੍ਰੀਤ ਚਮੜਾ ਵਾਲੀ ਰੱਖੀ ਆ ਲਾਡੀ ਨੇ। ਉਹ ਕੋਈ ਨਹੀਂ, ਹੁਣ ਮੈਂ ਤਾਂ ਹੀ ਤਾਂ ਕਹਿੰਦਾ ਨਾ, ਜੇ ਆਹ ਗੱਲ ਮੈਂ ਲਾਡੀ ਕੋਲ ਕਰਦੇ ਆ, ਉਹ ਮੈਂ ਕਹਿ ਦਿੰਦਾ ਚੱਲ ਕਾਹਦੇ ਲਈ ਭਾਈ, ਚੁੱਪ ਕਰ ਜੋ ਜਵਾਕ ਇਹੋ ਜਿਹੇ ਬੋਲਦੇ ਹੁੰਦੇ ਆ, ਨਾਲੇ ਫਿਰ ਆਪਾਂ ਅਬ 2 ਦਿਨ ਆਏ ਆ ਮੁੜ ਕੇ ਵਗ ਜਾਵਾਂਗੇ। ਤੈਨੂੰ ਪਤਾ ਮੇਰੇ ਤਾਂ ਸੁਭਾਅ ਹੀ ਨਹੀਂ ਗੱਲ ਕਰਨ ਦਾ, ਤੈਨੂੰ ਪਤਾ ਤਾਂ ਹੈ ਹਨਾ। ਚੱਲ ਕੋਈ ਨਹੀਂ ਮੈਂ ਜਾਣਾ, ਫਿਰ ਕੀ ਲੈ ਕੇ ਦੇਵਾਂ ਹੁਣ, ਦੁੱਧ ਲਿਆਵਾਂ ਕਿ ਬੋਤਲ ਲਿਆਵਾਂ? ਬੋਤਲ ਵੀ ਦੁੱਧ ਵੀ ਤਾਂ ਦੋਨੇ ਕੁਛ ਲਿਆ, ਦੋਨੇ ਕੁਛ ਲਿਆ, ਫਿਰ ਹੋਰ ਕੀ ਲਿਆ ਦੂੰਗਾ ਚ ਲੈ ਆਈ। ਹਾਂ ਤੂੰ ਗੱਲ ਸਮਝ ਲੈਣਾ ਮੇਰੀ, ਮੈਂ ਵੀ ਛੁੱਟੀਆਂ ਲਿਆਵਾਂ ਚੱਕ। ਭਾਈ ਗੱਲ ਸੁਣ। ਹਾਂਜੀ ਮੰਮਾ ਜੀ। ਅੱਗ ਤਾਂ ਊਂ ਵੀ ਬਥੇਰੀ ਲੱਗੀ ਪਈ ਹੈ,
ਤੈਨੂੰ ਛਟੀਆਂ ਲਿਆਉਣ ਦੀ ਲੋੜ ਹੀ ਨਹੀਂ। ਨਾਲੇ ਮੇਰੀ ਗੱਲ ਸੁਣ, ਆ ਜਿਹੜਾ ਫੋਕਾ ਜਿਹਾ ਡਰਾਮਾ ਕਰਕੇ ਤੁਸੀਂ ਅੱਜ ਮੈਨੂੰ ਦਿਖਾ ਰਹੀ ਹੋ ਨਾ ਵੀ ਘਰ ਦੇ ਵਿੱਚ ਦੁੱਧ ਖੱਟਾ ਹੋ ਗਿਆ ਅਤੇ ਉਹ ਹੋ ਗਿਆ, ਮੈਂ ਤੁਹਾਡੀ ਸਾਰੀ ਗੱਲਬਾਤ ਨਾ ਉਹ ਖਿੜਕੀ 'ਚ ਕੰਨ ਲਾ ਕੇ ਸੁਣੀ ਹੈ। ਮੇਰੇ ਹੱਥ ਦੀ ਚਾਹ ਪੀ ਲੈ, ਮੈਂ ਤਾਂ ਕੋਈ ਨਹੀਂ ਬਣਾ ਕੇ ਦਿੰਦੀ। ਕਹੇਂਗੀ ਕੀ ਮਾਮੇ ਨੂੰ? ਮਾਮੇ ਨੂੰ ਐਂ ਕਹਿ ਦੇ ਦੁੱਧ ਖੱਟਾ ਹੋ ਗਿਆ। ਜਿਹੜੀ ਤੂੰ ਅਤੇ ਹਰਪ੍ਰੀਤ ਨੇ ਰਾਇ ਬਣਾਈ ਹੈ ਨਾ ਵੀ ਅੱਜ ਮਾਮੇ ਨੂੰ ਚਾਹ ਕਰਕੇ ਦੇਣੀ ਨਹੀਂ, ਇਹ ਉਹੀ ਡਰਾਮਾ ਸੀ। ਹਾਂ ਚੱਲ ਲੈ ਆ ਛਟੀਆਂ ਹੁਣ। ਮਾਰਦੀਆਂ ਗੱਲਾਂ, ਐਵੇਂ ਨਹੀਂ ਮੈਨੂੰ ਮਾਮਾ ਸ਼ਕੂਨ ਨਹੀਂ ਕਹਿੰਦੇ ਇਹਨਾਂ ਦੇ ਭਾਅ ਦੀ, ਮੈਨੂੰ ਪਤਾ ਹੀ ਨਹੀਂ ਲੱਗਦਾ ਕੁਛ, ਕੇਰਾਂ ਹੀ ਬਣਦੀਆਂ ਸੀ ਚਲਾਕ। ਮੇਰੇ ਮੂਹਰੇ ਤਾਂ ਵੱਡੇ ਵੱਡੇ ਪਾਣੀ ਭਰਦੇ ਆ ਅਤੇ ਤੁਸੀਂ ਤਾਂ ਚੀਜ਼ ਹੀ ਕੀ ਹੋ, ਐਂ ਤੁਹਾਡੀਆਂ ਚਾਲਾਂ ਨਹੀਂ ਮੈਂ ਚੱਲਣ ਦਿੰਦਾ। ਮਾਰਦੀਆਂ ਗੱਲਾਂ, ਚੱਲ ਵੀ ਵੀਡੀਓ ਲਾ, ਬੋਤਲ ਦਾ ਜਗਾੜ ਵੀ ਹੋ ਗਿਆ ਅਤੇ ਹੁਣ ਦੁੱਧ ਪੱਤੀ ਵੀ ਆਊਗੀ, ਇੱਥੇ ਪੈ ਜਾ ਬਈ। ਹਾਏ ਚੱਲ ਬਈ, ਹਾਂ ਚੈਨਲ ਵਾਲੇ ਵੀ ਵਧੀਆ ਬਣਾਉਂਦੇ ਆ। ਮੈਂ ਤੁਹਾਨੂੰ ਐਂ ਕਹਿੰਦੀ ਸੀ ਆਪਾਂ ਜੇ ਰਾਜਪਾਲ ਤੋਂ ਪੈਸੇ ਨਾ ਮੰਗੇ ਤੁਸੀਂ ਕਿਤੋਂ ਹੋਰ ਫੜ ਲਓ ਨਾ ਪੈਸੇ। ਉਹ ਭਲਗੇ ਮਾਨਸੇ ਹੱਲ ਹੁੰਦਾ ਨਹੀਂ, ਵਾਢੀ ਵੇਲੇ ਹੱਲ ਹੋਊਗਾ। ਹੁਣ ਆਏ ਆ ਨਾ ਉਹਦੇ ਲੈ ਕੇ ਤਾਂ ਆਇਆ ਸੀਗਾ ਪੈਸੇ, ਹੈ ਨਾ ਆਪਾਂ ਉਹਨੂੰ ਮੋੜਤਾ, ਕਦੇ ਐਂ ਨਾ ਕਹਿੰਦੇ ਵੀ ਜਾਣ ਕੇ ਹੁਣ ਲਾਲਚ ਕਰਦੇ ਆ ਵੀ ਮਨ 'ਚ ਕੋਈ ਪਾਪ ਆ ਗਿਆ ਇਹਨਾਂ ਦੇ। ਉਹ ਨਹੀਂ ਮੋੜਾਂਗੇ ਆਪਾਂ ਕੀ ਰੱਖ ਕੇ ਕਰਨੇ, ਤੈਨੂੰ ਕਹੀ ਤਾਂ ਆ ਨਾ ਹੁਣ ਹੱਲ ਨਹੀਂ ਹੋਇਆ ਯਾਰ ਮਨਿੰਦਰ, ਮੈਂ ਬਹੁਤ ਥਾਈਆਂ ਥੱਡਿਆ ਪਰ ਕੀ ਕਰਾਂ ਹੁਣ ਮੈਂ ਹੀ ਮਜਬੂਰ ਹੋ ਗਿਆ, ਤਾਂ ਕਰਕੇ ਮੰਗਣੇ ਪੈ ਗਏ, ਨਹੀਂ ਰਿਸ਼ਤੇਦਾਰ ਤੋਂ ਆਪਾਂ ਤਾਂ ਮੰਗ ਹੀ ਨਹੀਂ ਰਾਜੀ ਸੀ। ਉਹੀ ਤਾਂ ਗੱਲ ਵੀ ਆਪਾਂ ਉਹਦੇ ਤਾਂ ਮੋੜਤਾ ਅਤੇ ਅੱਜ ਫਿਰ ਫੋਨ ਲਾ ਕੇ ਪੈਸੇ ਮੰਗ ਲਾਂਗੇ ਉਹ ਤੋਂ ਨਾ। ਬਾਕੀ ਉਹਨੂੰ ਵੀ ਸੋਚਣਾ ਚਾਹੀਦਾ ਵੀ ਉਦੇ ਵੀ ਮੈਨੂੰ ਮੋੜ ਹੀ ਦਿੱਤਾ ਸੀ, ਜੇ ਲੋੜ ਹੋਊਗੀ ਬਾਹਲੀ ਵੀ ਤਾਂ ਹੀ ਮੰਗ ਰਹੇ ਆ ਨਾ। ਹਾਂ ਨਾਲ ਵੈਸੇ ਉਹਨੇ ਕਰਨਾ ਵੀ ਕੀ, ਉਹਦੇ ਕੋਲ ਪਏ ਹੋਣਗੇ ਆਪਾਂ ਨੂੰ ਦੇ ਦਾਂਗੇ ਬਾਅਦ ਜਦੋਂ ਉਹਨੂੰ ਕਦੇ ਲੋੜ ਹੋਊਗੀ, ਹੈ ਨਾ। ਹਾਂ ਨਸ਼ਾ ਪਤਾ ਤਾਂ ਨਹੀਂ ਕਰਦਾ ਕੋਈ ਉਹ? ਲੈ ਨਸ਼ਾ ਪਤਾ ਜਮੀ ਨਹੀਂ ਕਰਦਾ। ਬਸ ਫਿਰ ਉਹਨੇ ਪੈਸੇ ਕਿੱਥੇ ਲਾਉਣੇ ਆ? ਲਾਇਓ ਫੋਨ ਮੈਂ ਗੱਲ ਕਰਦੀ ਹਾਂ। ਫੋਨ ਲਾ ਹੁਣ, ਤੇਰਾ ਫੋਨ ਕਿੱਥੇ ਆ? ਮੇਰੇ ਤਾਂ ਅੰਦਰ ਚਾਰਜ ਲੱਗਿਆ ਪਿਆ। ਚਲ ਮੈਂ ਲਾ ਦੇਣਾ ਕੋਈ ਨਹੀਂ। ਹਾਂ ਐਵੇਂ ਨਾ ਤੂੰ ਬਾਹਲਾ ਗਾਹਾਂ ਸੋਚਣ ਲੱਗ ਜਾਂਦੀ, ਐਡੀ ਗੱਲ ਨਹੀਂ ਹੁੰਦੀ ਹਰੇਕ, ਸੋਚਣਾ ਤਾਂ ਪੈਂਦਾ ਹੀ ਆ। ਆਪਾਂ ਕਿਹੜਾ ਉਹ ਤੋਂ ਫ੍ਰੀ ਮੰਗਦੇ ਆ, ਉਧਾਰੇ ਮੰਗਦੇ ਆ, ਆਪਣਾ ਹੱਕ ਆ ਜਿਹੜੀ ਚੀਜ਼ ਦਾ ਉਹੀ ਮੰਗਦੇ ਆ। ਤੁਸੀਂ ਕਰ ਲਿਓ ਪਹਿਲਾਂ ਗੱਲ। ਨਹੀਂ ਤੂੰ ਹੀ ਕਰ ਲਾ, ਮੁੜ ਕੇ ਫਿਰ ਸੱਸਰੀਆਂ ਗੱਲਾਂ 'ਤੇ ਲੱਗ ਜੂ ਕਿੰਨਾ ਟਾਈਮ। ਚੱਕਦਾ ਕਿਉਂ ਨਹੀਂ? ਚੱਕ ਲੂਗਾ ਕਿਤੇ ਕੰਮ 'ਚ ਹੋਊਗਾ। ਸਾਰਾ ਦਿਨ ਕੰਮ ਕਰਨ ਨੂੰ ਇਕੱਲਾ ਤਾਂ ਹੁੰਦਾ, ਹੋਰ ਕੌਣ ਕੰਮ ਕਰਨ ਨੂੰ ਦੇ ਘਰੇ। ਚੱਕ ਲਿਆ। ਹੈਲੋ ਸਤਿ ਸ਼੍ਰੀ ਅਕਾਲ ਵੀਰੇ। ਬਸ ਵਧੀਆ ਵਧੀਆ, ਤੁਸੀਂ ਦੱਸੋ ਬਾਈ ਠੀਕ ਹੋ? ਹਾਂ ਹਾਂ ਵਧੀਆ, ਨਾਲ ਹੀ ਬੈਠੇ ਮੇਰੇ। ਹਾਂ ਰੋਜ਼ ਹੀ ਇਕੱਠੇ ਹੁੰਦੇ ਇਸ ਤਰ੍ਹਾਂ। ਹਾਂ 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 ਵਧੀਆ ਸੌਖਾ। ਇਕੱਠੇ ਉਹਨੂੰ ਮੈਂ ਕਿਹੜਾ ਕਾਰਗਲ ਦੀ ਲੜਾਈ ਤੇ ਗਿਆ ਸੀ, ਮਜ਼ਾਕ ਕਰਦਾ ਸਾਲਿਆ। ਅੱਜ ਛੁੱਟੀ ਤੇ ਸੀ ਮੈਂ। ਹਾਂ ਹਾਂ ਵਧੀਆ, ਮੈਂ ਤਾਂ ਕੰਮ ਨੂੰ ਫੋਨ ਲਾਇਆ ਸੀ ਵੀਰੇ ਤੈਨੂੰ। ਉਹ ਦੇ ਜਿਹੜੇ ਪੈਸੇ ਨੀ ਤੂੰ ਲੈ ਕੇ ਆਏ ਸੀ ਅਸੀਂ ਮੋੜ ਤੇ ਸੀਗੇ। ਹਾਂਜੀ ਵੀਰੇ, ਉਹ ਨਾ ਸਾਨੂੰ ਪੈਸਿਆਂ ਦੀ ਬਾਹਲੀ ਲੋੜ ਪੈ ਗਈ 2 ਲੱਖ ਦੀ, ਤੇ ਵੀਰ ਬਣ ਕੇ ਜੇ ਹੱਲ ਹੁੰਦਾ ਤਾਂ ਕਰ ਦੇਣਾ ਸਾਡਾ, ਅਸੀਂ ਜਦੋਂ ਸਾਡੀ ਫਸਲ ਆਈ ਉਦੋਂ ਤੁਹਾਨੂੰ ਵਾਪਸ ਕਰ ਦਾਂਗੇ। ਅਸੀਂ ਨਾ ਦੇਣੇ ਆ ਕਿਸੇ ਨੂੰ, ਕਿਸੇ ਤੋਂ ਲਏ ਸੀਗੇ ਉਧਾਰ, ਤੇ ਹੁਣ ਉਹ ਸਾਨੂੰ ਕਦੋਂ ਦੇ ਫੋਨ ਕਰੀ ਜਾਂਦੇ ਆ, ਵਾਰੀ ਵਾਰੀ ਕਰਦੇ ਆ ਫੋਨ, ਤਾਂ ਕਰਕੇ ਫਿਰ ਨਹੀਂ। ਉਹ ਪੈਸੇ ਤਾਂ ਪਏ ਹੋਣਗੇ ਤੇਰੇ, ਇੱਕ ਵਾਰੀ ਸਾਨੂੰ ਦੇ ਦੇ, ਕੋਈ ਗੱਲ ਨਹੀਂ ਤੈਨੂੰ ਦੇ ਦਾਂਗੇ, ਅਸੀਂ ਰੱਖਦੇ ਨਹੀਂ ਹੈਗੇ ਤੇਰੇ ਪੈਸੇ, ਸਾਨੂੰ ਨਾ ਬਾਹਲੀ ਲੋੜ ਪੈ ਗਈ, ਨਹੀਂ ਤਾਂ ਮੰਗਦੇ ਨਹੀਂ ਸੀ ਤੇਰੇ ਤੋਂ। ਇੱਕ ਨਾ ਅਸੀਂ ਨਵਾਂ ਘਰ ਲੈ ਲਿਆ ਤੇ ਇਹਨਾਂ ਦੇ ਪੈਸੇ ਸਾਰੇ ਇੱਧਰ ਹੀ ਲੱਗ ਗਏ।
ਉਹ ਤਾਂ ਮੈਂ ਸਮਝਦਾ ਸਾਰੀ ਗੱਲ ਮਨਿੰਦਰ, ਪਤਾ ਕੀ ਗੱਲ ਆ, ਮੈਂ ਟਰੈਕਟਰ ਲੈ ਲਿਆ ਨਵਾਂ, ਪੈਸੇ ਤਾਂ ਪਿਆ ਸੀਗਾ 7-8 ਲੱਖ ਰੁਪਇਆ ਕੋਲੇ। ਅੱਛਾ, ਹੋਰ ਹੁੰਦਾ ਨੀ ਕੋਈ ਹੱਲ? ਚੱਲ ਬਾਕੀ ਮੈਂ ਘਰੇ ਜਾ ਕੇ ਵੇਦੇ ਨਾ ਕਰਦਾ ਰਿਹਾ, ਜੇ ਕਿਸੇ ਪਾਸੋਂ ਹੋ ਗਿਆ ਹੱਲ ਫਿਰ ਤਾਂ ਕੁੜੀ ਕਰਕੇ ਦੇਵਾਂਗੇ ਜ਼ਰੂਰ। ਚੱਲ ਦੇਖ ਲਾ, ਜੇ ਹੁੰਦਾ ਤਾਂ ਹੱਲ ਕਰ ਦੇਂਗੇ ਤਾਂ ਬਾਹਲੀ ਵਧੀਆ ਗੱਲ। ਰਾਜਪਾਲ, ਹਾਂਜੀ ਹਾਂਜੀ ਬਾਈ, ਮੇਰੀ ਗੱਲ ਸੁਣ, ਸਾਨੂੰ ਨਾ ਲੋੜ ਬਾਹਲੀ ਪੈ ਗਈ ਭੱਠਿਆਂ ਤੋਂ, ਜਾਂਦਾ ਵੀ ਹੋਰ ਫੜ ਲਾ 2 ਲੱਖ ਰੁਪਇਆ ਖਾਡੀ ਹੁਣ ਪੱਟੀ ਗਈ ਮੇਰੇ ਸਾਲ ਦੀ, ਕੀ ਕਰਗੇ ਯਾਰ, ਮਜਬੂਰ ਆ ਸੀ ਵੀ ਕਰਕੇ ਦੇ ਹੱਲ ਕੋਈ ਨਾ ਕੋਈ। ਨਹੀਂ ਮੈਂ ਮੰਗਦਾ ਨੀ, ਤੈਨੂੰ ਪਤਾ ਬਾਲਾ ਨੀ, ਮਹੀਨੇ ਕਦੇ ਇਕਰਾਰ ਕਰਨਾ ਬਸ, ਆਪਾਂ ਵਿਆਹ ਦੇ ਦਾਂਗੇ ਕੋਈ ਨੀ, 2 ਦੀ ਥਾਂ 2.5 ਰੁਪਏ ਵੀ ਦੇ ਦਾਂਗੇ। ਚੱਲ ਕਰਕੇ ਰਹਿ ਦੱਸ ਫਿਰ ਮੈਨੂੰ ਹੁਣੀ ਨਾਲ ਦੀ ਨਾਲ। ਚੰਗਾ ਜਵਾਬ ਤਾਂ ਚੱਲ ਕਾਹਨੂੰ ਦੇਣਾ, ਅਗਲਾ ਮਜਬੂਰ ਹੋ ਕੇ ਮੰਗਦਾ ਹੁੰਦਾ ਰਿਸ਼ਤੇਦਾਰ ਤੋਂ, ਨੀ ਕਿਹਦਾ ਜੀ ਕਰਦਾ ਕਿਸੇ ਮੂਹਰੇ ਹੱਥ ਟੰਦਾ। ਚੱਲ ਦੇਖ, ਚੱਲ ਆ ਜਾ ਇੱਥੇ ਕੋ ਬੈਠੀਆਂ ਭਲਗੇ ਮਾਨਸੇ, ਉੱਧਰ ਚੱਲਦੇ ਆਂ। ਆ ਜੀ, ਹੋਰ ਮੇਰੀ ਗੱਲ ਸੁਣੋ ਜੀ, ਜੇ ਮਾਮਾ ਕੋਈ ਵੀ ਮੇਰੇ ਬਾਰੇ ਗੱਲ ਕਰੂਗਾ ਨਾ, ਐਵੇਂ ਉਹਦੇ ਗੱਲਾਂ 'ਚ ਨਾ ਜੀਓ ਮਾਮੇ ਦੀ। ਕਿਉਂ, ਕੀ ਗੱਲ ਹੋ ਗਈ ਹੁਣ? ਮੇਰੇ ਕੋਲ ਨਾ ਗਗਨ ਸਹੇਲੀ ਦਾ ਫੋਨ ਆ ਗਿਆ, ਤੁਹਾਨੂੰ ਪਤਾ ਹੀ ਉਹ ਤਾਂ ਰੋਜ਼ ਫੋਨ ਕਰਦੀ ਆ। ਹਾਂ ਹਾਂ, ਮਾਮੇ ਨੇ ਮੈਨੂੰ ਬੁਲਾਇਆ ਹੋਊਗਾ, ਮੈਂ ਗੱਲ ਕਰੀ ਜਾਂਦੀ ਸੀ, ਮੈਨੂੰ ਨਹੀਂ ਸੁਣਿਆ, ਤੇ ਜਦੋਂ ਮੈਂ ਗਈ ਕਹਿੰਦਾ ਹਾਂ ਪਿੱਛੋਂ ਤੁਸੀਂ ਫੋਨ 'ਤੇ ਲੱਗੇ ਰਹਿੰਦੇ ਹੋ, ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੀ ਹੋ, ਇੰਨਾ ਕੁਛ ਸੁਣਾਇਆ। ਸੁਣਾਉਣਾ ਹੀ ਸੀ ਉਹਨੇ ਤਾਂ, ਤੈਨੂੰ ਮੈਂ ਦੱਸਿਆ ਸੀਗਾ ਉਹ ਹੈਗਾ ਲੜਾਈ ਦੀ ਜਿਹੜਾ ਗੇ, ਪਤਾ ਕੀ ਗੱਲ ਹੈ, ਕਿ ਜਦੋਂ ਵੀ ਘਰੇ ਆਉਣਾ ਆਪਣੇ 'ਚ ਲੜਾਈ ਪਵਾ ਕੇ ਜਾਂਦਾ ਗਾ, ਤੂੰ ਹੀ ਉਹਦੇ ਜਿੱਦੇ ਆ ਸੀ, ਮਾਮਾ ਮਾਮਾ ਮੈਂ ਚਾਹ ਲਿਆਵਾਂ, ਮੈਂ ਪਾਣੀ ਲੈ ਕੇ ਆਵਾਂ, ਤੈਨੂੰ ਉਦੋਂ ਮੈਂ ਸਮਝਾਇਆ ਸੀ ਕਿ ਨਹੀਂ ਮਾਮਾ ਇਹ ਲੱਗਦਾ ਨਹੀਂ, ਮੈਨੂੰ ਪਤਾ ਨਾ ਉਹਦਾ। ਹੁਣ ਮੈਨੂੰ ਕੀ ਪਤਾ ਸੀ ਜੀ ਮਾਮਾ ਇਹੋ ਜਿਹਾ, ਹੁਣ ਤਾਂ ਮੈਨੂੰ ਪਤਾ ਲੱਗ ਗਿਆ ਮਾਮਾ ਤਾਂ ਪੂਰਾ ਜ਼ਹਿਰ ਕੋਲ ਹੀ ਫਿਰਦਾ। ਫਿਰ ਜ਼ਹਿਰ ਕੋਲ ਹੀ ਫਿਰਦਾ, ਕੋਈ ਗੱਲ ਨਹੀਂ, ਮੈਂ ਨਹੀਂ ਕਰਦਾ ਗੌਰ, ਮੈਨੂੰ ਤਾਂ ਸਾਰਾ ਉਹਦੇ ਬਾਰੇ ਪਹਿਲਾਂ ਹੀ ਪਤਾ। ਮੈਨੂੰ ਪਤਾ ਹੀ ਹੈ ਜਦੋਂ, ਤੈਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਇਸ ਗੱਲ ਦੀ, ਟੈਨਸ਼ਨ ਛੱਡ, ਤੂੰ ਮੈਨੂੰ ਆਪਦੀ ਹੋਰ ਵੀ ਗੱਲ ਦੱਸ, ਕੋਈ ਹੋਰ ਗੱਲ ਹੋਈ ਹੈ? ਰੋਂਦਾ ਹੋਊਗਾ।
ਹਾਂ ਢੋਂਗ ਜੇ ਕਰੀ ਜਾਂਦਾ ਸੀ, ਮੈਂ ਤਾਂ ਕਹਿ ਦਿੱਤਾ ਵੀਰੇ ਨੂੰ ਕੱਕਣੇ ਨੂੰ, ਮਖੇ ਤਾਂ ਹੁਣ ਤੰਗ ਕਰਦਾ ਇਹਨਾਂ ਦੇ ਗੱਲਾਂ ਚ, ਮੇਰੇ ਤੋਂ ਡਰ ਮੈਨੂੰ ਡਰ ਡਰ ਚੱਲਦਾ। ਉਹ ਮੈਨੂੰ ਪਤਾ ਹੀ ਹੈ ਇਹ ਕਿਹੜਾ ਅੱਜ ਦੀ ਗੱਲ ਹੈ ਯਾਰ, ਰੋਜ਼ ਦੀ ਗੱਲ ਹੀ ਹੈ। ਮੇਰੀ ਗੱਲ ਸੁਣ, ਜਦੋਂ ਇਹ ਤਾਂ ਬੇਬੇ ਹੈ, ਬੇਬੇ ਚੱਲ ਲੈਣਗੇ ਸਾਰਾ ਕੁਝ, ਬੇਬੇ ਨੂੰ ਪਤਾ ਹੀ ਹੈ। ਠੀਕ ਹੈ, ਜਦੋਂ ਬੇਬੇ ਉਹਨੇ ਢੰਗ ਜੇ ਕਰਦਾ, ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਮੈਂ ਇਹ ਕਰ ਦਿੰਦੀ ਹਾਂ, ਤੂੰ ਟੈਨਸ਼ਨ ਨਾ ਲੈ, ਮੈਂ ਕਰਵਾ ਦੇਣੀ ਹੈ। ਆਪਾਂ ਨਹੀਂ ਹੈਗੇ ਹੁਣ ਇਹਦੀ ਗੱਲ ਸੁਣਦੇ, ਆਪਾਂ ਨੂੰ ਤਾਂ ਪਤਾ ਲੱਗਿਆ ਖੜਾ। ਬੇਬੇ ਨੇ ਤਾਂ ਸਿਰ ਚੜਾਇਆ, ਅਮਰਿੰਦਰ ਵੀ ਮਾਮੇ ਮੂਹਰੇ ਲਿਪ ਲਿਪ ਕਰਦੀ ਰਹਿੰਦੀ ਆ, ਪਤਾ ਨਹੀਂ ਕੀ ਡਰ ਹੈ ਇਹਨੂੰ। ਕੋਈ ਨਾ, ਤੂੰ ਸਮਝਾਇਆ ਕਰ, ਇਹਨੂੰ ਪਤਾ ਲੱਗ ਜੂਗਾ। ਪਹਿਲਾਂ ਤਾਂ ਇਹ ਤਾਂ ਗੁੱਤ 'ਚ ਪਏ ਸੀਗੇ, ਇਹਨੂੰ ਹਜੇ ਵੀ ਨਹੀਂ ਅਕਲ ਆਈ। ਅਮਰਿੰਦਰ ਡਰਦੀ ਆ, ਉਦੋਂ ਮਾਮੇ ਨੇ ਚਿੱਤਰ ਪਵਾਤੇ ਸੀ ਨਾ, ਹੁਣ ਉਹਨੂੰ ਆਏ ਆ ਵੀ ਹੁਣ ਵੀ ਨਾ ਮਾਮਾ ਚਿੱਤਰ ਪਵਾ ਦੇ ਉਹਦੇ। ਪਰ ਤੂੰ ਲੈਣਾ ਕੀ ਉਹਦੇ ਤੋਂ, ਆਪੇ ਆਪਦਾ ਆਪ ਨੂੰ ਵੇੜੂਗੀ ਉਹ, ਜਿਹੜੀ ਕੁਛ ਹੋਈ ਤੂੰ ਆਪਦਾ ਧਿਆਨ ਰੱਖਿਆ ਕਰ। ਮੈਂ ਤਾਂ ਆਪਦਾ ਧਿਆਨ ਰੱਖਦੀ ਹਾਂ, ਨਾਲੇ ਮੈਂ ਨਹੀਂ ਡਰਦੀ ਆ ਮਾਮੇ ਮੂਮੇ ਤੋਂ, ਅਮਰਿੰਦਰ ਹੀ ਡਰਦੀ ਹੋ। ਬਸ ਠੀਕ ਆ, ਡਰਨ ਦੀ ਲੋੜ ਵੀ ਨਹੀਂ, ਬੇਬੇ ਆ ਜੂਗੀ, ਬੇਬੇ ਆਪਦੇ ਆਪ ਝੱਲੂਗੀ ਇਹਨੂੰ, ਆਪਾਂ ਕਿਉਂ ਝੱਲਣਾ। ਜੇ ਮਾਮਾ ਮੈਨੂੰ ਇੱਕ ਕਹੂਗਾ ਤਾਂ ਚਾਰ ਸੁਣਾਉਂਗੀ ਅੱਗੋਂ। ਬਸ ਠੀਕ ਹੈ, ਤੂੰ ਐਂ ਕਰ, ਮੈਨੂੰ ਤਾਂ ਲਿਆ ਦੇ ਚਾਹ, ਹੁਣ ਮੈਨੂੰ ਨਾ ਸੁਣਾਉਣ ਲੱਗ ਜੀ। ਨਹੀਂ ਨਹੀਂ ਜੀ, ਤੁਹਾਨੂੰ ਤਾਂ ਲਿਆ। ਨੀਰਾ ਤਾਂ ਪਾਤਾ, ਪਤਾ ਨਹੀਂ ਕਿੱਧਰ ਵੜਿਆ ਰਾਜਪਾਲ ਅੱਜ, ਆਏ ਨਹੀਂ ਪਤਾ ਵੀ ਸੰਨੀਆਂ ਦਾ ਟਾਈਮ ਹੋ ਗਿਆ। ਬੇਬੇ ਤਾਂ ਹੁੰਦਾ ਨਹੀਂ ਇੰਨਾ, ਇੱਕ ਤਾਂ ਇਹ ਵੀ ਜਵਾਕ ਜਿਹਾ ਲਹੂ ਪੀਂਦਾ ਗਾ। ਹੁਣ ਤੈਨੂੰ ਕਿੱਥੋਂ ਦੀ ਗਈ ਦੱਸ, ਮੌਕੇ ਤੇ ਪੈਸੇ ਹੱਥਾਂ ਤੇ ਸਾਨੂੰ ਇਹ ਜਮਾਉਣ ਲੱਗੀ, ਪਹਿਲਾਂ ਉਹਦੀ ਨਾ ਜਵਾਬ ਦੇ ਦਿੰਦੀ। ਬੇ ਕਿੱਧਰ ਜਾ ਵੜਿਆ ਸੀ ਤੂੰ? ਕਿਉਂ ਬੇਬੇ, ਉਹ ਮੈਂ ਤਾਂ ਇੱਥੇ ਹੀ ਸੀਗਾ, ਮਨਿੰਦਰ ਦਾ ਫੋਨ ਸੁਣਨ ਲੱਗ ਗਿਆ। ਮੈਂ ਸਾਹਾ ਰਾਜਾ ਰਲਾਇਆ, ਹੋਰ ਤੈਨੂੰ ਮੈਂ ਕਿਹਾ ਹੀ ਰਲਾ ਦੂੰ ਆ ਕੇ, ਮੈਂ ਤੂੰ ਵੀ ਬੜੀ ਤੌਲੀ ਤੈਨੂੰ ਚੰਗਾ ਪਹਿਲਾਂ ਪਤਾ ਵੀ ਮੈਥੋਂ ਹੁੰਦਾ ਨਹੀਂ ਭਾਈ ਕੰਮ, ਤੂੰ ਵੀ ਜਾਣ ਜਾਣ ਪਰ ਤਿਆਵੇ ਲੈਣਾ ਗਾ। ਉਹ ਚੱਲ ਕੋਈ ਨਹੀਂ, ਹੁਣ ਤਾਂ ਨਿਬੜ ਗਿਆ ਕੰਮ, ਦੋ ਰਹਿ ਗਿਆ, ਇਹਨਾਂ ਨੂੰ ਵੀ ਹੌਲੀ ਹੌਲੀ ਅਟਕਾ ਕੇ ਵੇਚ ਦਿਆਂਗੇ। ਆਹੋ, ਅਟਕਾ ਕੇ ਵੇਚ ਦਿਆਂਗੇ, ਮੁੜ ਕੇ ਡੋਲੂ ਚੱਕ ਕੇ ਫਿਰਦੇ ਰਹਾਂਗੇ। ਮੈਂ ਤਾਂ ਸਾਂਭਦੀ ਨਹੀਂ, ਹੁਣ ਮੈਂ ਖੇਤ ਬੰਨੇ ਸਾਂਭਾਂਗੇ, ਘਰ ਦਾ ਸਾਂਭਾਂ, ਤੇਰੇ ਗੋਡੇ ਦੁਖਦੇ ਆ। ਇੱਕ ਅੱਧਾ ਤਾਂ ਰੱਖਣਾ ਹੀ ਪਊ, ਫਿਰ ਚਾਹ ਤਾਂ ਪੀਆ ਹੀ ਕਰਾਂਗੇ। ਚਾਹ ਰੱਖ ਲਾਂਗੇ, ਮੱਝ ਜੀ ਰੱਖ ਲਾਂਗੇ। ਉਹ ਮਨਿੰਦਰ ਦਾ ਫੋਨ ਆਇਆ ਸੀ, ਮੈਂ ਤਾਂ ਬਾਹਰ ਤਾਂ ਜਾ ਵੜਿਆ। ਕੀ ਕਹਿੰਦੀ, ਠੀਕ ਹੈ ਵਧੀਆ, ਖੈਰ ਸੁੱਖ? ਹਾਏ ਤਾਂ ਸਾਰੇ ਵਧ ਗਿਆ, ਉਹਨੇ ਹੋਰ ਨਵਾਂ ਜੱਬ ਖੜਾ ਕਰਤਾ, ਕਹਿੰਦੀ 2 ਲੱਖ ਰੁਪਈਆ ਚਾਹੀਦਾ ਹੁਣ ਮੌਕੇ ਤੇ, ਦੇ ਲੈ ਕਿੱਥੋਂ ਦੇਗੇ। ਉਹਨੇ ਕੀ ਕਰਨਾ? ਉਹ ਪਤਾ ਨਹੀਂ ਕਿਹਨੂੰ ਆਹ ਮੋੜਨੇ ਮਾੜਨੇ ਆ, ਕੀ ਕਰਨਾ ਹੈ, ਫੜੀ ਬੈਠੇ ਸੀ ਗਾਂ ਤੋਂ ਜਿਹੇ ਤੋਂ। ਫਿਰ ਹੁਣ ਆਪਾਂ ਉਹ ਤਾਂ ਪੁੱਛਿਆ ਸੀਗਾ ਹਨਾ, ਉਹ ਤੋਂ ਉਹਨੇ ਜਵਾਬ ਦੇਤਾ। ਉਦੋਂ ਤਾਂ ਮੈਂ ਕਿਹਾ ਮੈਂ ਤੈਨੂੰ, ਉਦੋਂ ਮੈਂ ਘਰੇ ਫੜਾਉਣਾ ਸੀ ਪੈਸੇ, ਉਹ ਤਾਂ ਤੂੰ ਬੜੀ ਵੱਡੀ ਉਹ ਬਣ ਗਈ ਸਾਹੂਕਾਰ ਵੀ, ਮੇਰੇ ਕੋਲ ਤਾਂ ਸਾਨੂੰ ਤਾਂ ਲੋੜ ਨਹੀਂ ਬਾਈ। ਹੁਣ ਤੂੰ ਮੌਕੇ ਦੇ ਕਹਿਣੀ ਆਪਾਂ ਇਸੇ ਦੇ, ਮੈਂ ਹਾਂ ਰੁੱਤ ਕਿਹੜੀ ਆ ਹੁਣ, ਉਤੋਂ ਮਹੀਨੇ ਹੱਲ ਨਹੀਂ ਹੁੰਦਾ, ਕਹਿੰਦੀ ਜਿਵੇਂ ਮਰਜ਼ੀ ਕਰਕੇ ਦੇ ਦੇ ਬਾਈ। ਕੀ ਪਤਾ ਜਾਣ ਕੇ ਪਰਤਿਆਵੇ ਲੈਂਦੀ ਹੋਵੇ, ਵਗੇਰਾ ਦੇਖਾਂ ਤਾਂ ਸਹੀ। ਉਹ ਤਾਂ ਬੇਬੇ ਹੁਣ ਉਹਨੂੰ ਪਤਾ ਹੋਊਗਾ ਵੀ ਮੇਰੇ ਦੁੱਖ ਦੇ ਸੁੱਖ ਦੇ ਕੋਈ ਮੌਕੇ ਤੇ ਕੋਈ ਖੜਨ ਵਾਲੇ ਹੈਗੇ ਆ ਕਿ ਨਹੀਂ। ਹਾਂ, ਕਿਸੇ ਦੇ ਮਨ ਦਾ ਕੀ ਪਤਾ ਹੁੰਦਾ, ਕੀ ਪਤਾ ਦੇਂਦੀ ਹੋਵੇ, ਔਖੇ ਸੌਖੇ ਖੜੂਗੇ ਨਾ ਟਾਈਮ 'ਚ। ਤੂੰ ਵੀ ਰੱਖੇ ਨੇ, ਤੂੰ ਜਾ ਕੇ ਡਾਇਰੈਕਟਰ ਦੇ ਥੱਪੇ ਆਇਆ ਜਿਹੜੇ ਸੀ। ਅਤੇ ਹੋਰ, ਮੈਂ ਤਾਂ ਜੇ ਪਤਾ ਹੁੰਦਾ ਫਿਰ ਤਾਂ ਨਾ ਹੀ ਪੰਗਾ ਲੈਂਦੇ ਆ ਜੇ ਹਾੜੀ ਤੱਕ। ਸਿਆਣੇ ਕਹਿੰਦੇ ਹੁੰਦੇ ਪੈਸਾ ਕੋਲੇ ਰੱਖਣਾ ਚਾਹੀਦਾ, ਕਿਸੇ ਵੇਲੇ ਮਰਜ਼ੀ ਲੋੜ ਪਾ ਜਾਂਦੀ ਆ। ਪਰ ਸੋਨੂੰ ਤਾਂ ਮੰਡੀਰ ਨੂੰ ਬਸ ਆਪਦੀ ਸ਼ੋਸ਼ੇਬਾਜ਼ੀ ਦਾ ਗਾ, 2 ਰੁਪਈਏ ਹੋਏ ਕੋਲੇ ਚੱਕ ਕੇ ਲਾ ਤੇ। ਉਹ ਪੁਰਾਣਾ ਲੋਹਾ ਫਿਰ ਪੈਸੇ ਉੱਤੇ ਵਾਲੇ ਖਾਂਦਾ ਸੀ, ਤਾਂ ਕਰਕੇ ਵੇਚਣਾ ਪਿਆ। ਡੰਗ ਲਾਉਣਾ ਤਾਂ ਪੁੱਤ ਲੈ ਹੀ ਜਾਂਦਾ ਹੁੰਦਾ, ਗੱਲ ਕਰ ਤੁਸੀਂ ਇੱਕ ਦੂਜੇ ਦੀ ਰੀਸ ਕਰਦੇ ਹੋ ਵਾਲੀ। ਉਹ ਚੱਲ ਫਿਰ ਐਂ ਕਰਦਾ, ਹੁਣ ਪੁੱਛ ਲੈਣਾ ਕਿਸੇ ਨਾ ਕਿਸੇ ਤੋਂ ਵਿਆਜ ਤੇ ਹੋਰ ਕੀ ਆ, ਜੇ ਨਹੀਂ ਮੰਨਦੀ ਕਿ ਜਵਾਬ ਦੇ ਕੇ ਖੜ ਜਾ। ਜਵਾਬ ਕਾਹਨੂੰ ਦੇਣਾ, ਕਰਕੇ ਦੇ ਦੇ ਕਿਸੇ ਤੋਂ ਪੁੱਛ ਲਾ, ਚੱਲ ਆਪਾਂ ਮੂਹਰੇ ਕਣਕ ਕੁਣਕ ਵੇਲੇ ਮੋੜ ਦਿਆਂਗੇ। ਪੁੱਛ ਨਹੀਂ ਪੈਣਗੇ, ਅਗਲਾ ਮੂੰਹ ਬੜਾ ਟੜਦਾ, ਵਿਆਜ ਵਾਲਾ ਮੰਗਦੇ ਆ। ਵਿਆਜ ਤਾਂ ਫਿਰ ਹੁਣ ਪਾਉਣਾ ਹੀ ਪਊਗਾ, ਵਿਆਜ ਤਾਂ ਪਊਗਾ ਜਿਹੜਾ ਪਊਗਾ। ਫਿਰ ਉਧਰ ਜੇ ਜਵਾਬ ਦੇਦਾ ਫਿਰ ਤੈਨੂੰ ਪਤਾ ਜਮੀ ਨਾ ਤਿਲਕ ਜੇ ਉਹ। ਇਹ ਵੀ ਗੱਲਾਂ, ਹਾਂ 1-2 ਲੱਖ ਰੁਪਈਏ ਪਿੱਛੇ ਸਾਰਾ ਕੁਝ ਹੱਥੋਂ ਜਾਂਦਾ। ਹਾਂ, ਨਾਲੇ ਹੁਣ ਜੇ ਮੰਨੀਏ ਤਾਂ ਪੈਸੇ ਤਾਂ ਉਹਦੇ ਹੀ ਸੀ, ਆਪਾਂ ਕਿਹੜਾ ਕੋਲੋਂ ਦੇਣੇ ਆ। ਹਾਂ, ਮੈਂ ਕਿਹਾ ਮੈਂ ਤੂੰ ਉੱਧੀ ਰੱਖ ਲੈਂਦੀ, ਕਹਿੰਦੀ ਉਦੇ ਬਾਈ ਸਾਨੂੰ ਕੀ ਪਤਾ ਸੀ ਵੀ ਐਂ ਲੋੜ ਪੈਜੂਗੀ ਮੌਕੇ ਤੇ। ਹੁਣ ਉਹਦਾ ਵੀ ਸਾਨ ਆਪਾਂ ਜਵਾਬ ਵੀ ਦਿੰਦੇ ਹਨਾ, ਤੇਰੇ ਵਾਲੀ ਗੱਲ ਸਹੀ ਆ, ਸਿਆਣੇ ਸੋਹਣੇ ਲੱਗਦੇ। ਸਹੀ ਗੱਲ ਹੈ ਵੀ ਆਖੂਗੀ ਵੀ ਮੈਂ ਤਾਂ ਵਰਤਾਂ ਨੂੰ ਦਿੱਤੇ ਸੀ, ਅੱਜ ਮੈਨੂੰ ਲੋੜ ਸੀ, ਅੱਜ ਮੈਨੂੰ ਜਵਾਬ ਦੇਤਾ। ਤੇ ਹੋਰ ਪਿੱਛੇ ਕਾਕਣ ਵੀ ਬੋਲੀ ਜਾਂਦਾ ਸੀਗਾ। ਹਾਂ, ਆ ਫਿਰ ਲੋੜ ਹੀ ਹੋਊ ਉਹਨਾਂ ਨੂੰ ਘਰੇ। ਦੋਨੇ ਇਕੱਠੇ ਬੈਠਿਆ ਨਹੀਂ ਫੋਨ ਲਾਇਆ ਸੀ, ਕਹਿੰਦੀ ਬਾਈ ਵੀ ਤੇਰਾ ਕੋਲ ਹੀ ਬੈਠਾ, ਮੈਂ ਚੱਲ ਕੋਈ ਨਹੀਂ ਕਰਦੇ ਹਾਂ ਹੱਲ। ਫਿਰ ਹੁਣ ਮੈਂ ਜਵਾਬ ਦਿੰਦਾ ਵੀ ਸੋਹਣਾ ਹੀ ਲੱਗਦਾ ਸੀ। ਚੱਲ ਤੂੰ ਭਾਈ ਪੁੱਛ ਪੜਤਾਲ ਕਰ ਲਾ ਫਿਰ ਪੜਾਇਆ ਹੀ। ਚੱਲ ਮੈਂ ਪੁੱਛ ਦਾਂਗੇ ਜਰਨੈਲ ਨੂੰ, ਪੁੱਛਦਾ ਉਹ ਤੋਂ ਲੈ ਲੈਂਦੇ ਆ, ਕਿਰਾਂ ਹਾੜੀ ਤੱਕ ਮੁੜ ਕੇ ਉਹਨੂੰ ਵਿਆਜ ਸਮੇਤ ਮੋੜ ਦਿਆਂਗੇ। ਹੋਰ ਕੀ ਆ, ਆਹੋ ਉਹਨੂੰ ਕਹਿ ਦੇ ਬਸ ਵੀ ਫਸਲ ਆਈ ਪਈ ਆ ਭਾਈ, ਕੋਈ ਨਹੀਂ ਦੇ ਦਿਆਂਗੇ, 20 ਦਿਨ ਦਾ ਕਰ ਲਾ ਕਰਾਰ।
ਚੱਲ ਕਰ ਲੈਣਾ ਉਹਦੇ ਨਾਲ ਗੱਲ, ਪਾਤੇ ਕੱਖ ਜੇ ਗਏ ਕੱਖ ਤਾਂ ਪਾਤੇ ਮੈਂ ਤੇ ਉਹ ਬੰਨਦੇ ਪਸ਼ੂ ਜੇ ਖੋਲ ਕੇ, ਚੰਗਾ ਚਲੋ ਬੰਨਦਾ ਮੈਂ ਸ਼ਾਮ। ਹੋਰ ਮੈਂ ਕਰਦੀ ਚਾਹ ਦੀ ਘੁੱਟ ਪੀਣੀ ਹੈ। ਚਾਹ ਪੀਣਾ ਕਿਹੜਾ ਬੰਨਦਾ ਪਸ਼ੂ ਜੀ। ਹਾਂ ਮੈਂ ਕਰਦੀ ਚਾਹ, ਮੈਂ ਤੈਨੂੰ ਡੀਕੀ ਆਂਦੀ ਸੀਗੀ।